नमस्कार आज बच्चों assi ik navi matra karan ja rahe ha ta bo jo is matra da naam ki hai bacho is matra da naam hai la la oh matra hai jehdi kise vi akhar de naal lagdi hai ta eh matra kise vi akhar de upar lagdi hai ta bacho assi hun akhar de naal laga ke in inna matra di aawaz karde ha bacho la di matra di aawaz hundi hai a ਇਸ ਤਰ੍ਹਾਂ ਅਸੀਂ ਕੁਝ ਅੱਖਰ ਦੇਖਦੇ ਹਾਂ ਜਿਵੇਂ ਯਾ ਯਾ ਯੇ ਨੂੰ ਲਾ ਰ ਲਾ ਤਾਂ ਇਹ ਬਣ ਗਿਆ ਯੇ ਰੇ ਲੇ ਵੇ ਰੇ ਇਸੇ ਤਰ੍ਹਾਂ ਕੁਝ ਹੋਰ ਜਿਹੜੇ ਹਨ ਅਨ ਅੱਖਰ ਵੀ ਹਨ ਜਿਵੇਂ ਹੈ ਏ ਸੇ ਹੋਰ ਅੱਖਰ ਵੀ ਹਨ ਅਸੀਂ ਹੁਣ ਇੱਕ ਇੱਕ ਕਰਕੇ ਸਾਰੇ ਅੱਖਰਾਂ ਦੇ ਨਾਲ ਲਾਹ ਦੀ ਆਵਾਜ਼ ਕਰਾਂਗੇ ਕੇ ਖੇ ਗੇ ਕੇ ਤਾਂ ਇਸ ਤਰ੍ਹਾਂ ਬੱਚਿਓ ਜਿੰਨੇ ਵੀ ਅੱਖਰ ਹਨ ਉਨਾ ਅੱਖਰਾਂ ਦੇ ਉੱਪਰ ਜੇਕਰ ਲਾਂ ਦੀ ਮਾਤਰਾ ਲੱਗੀ ਹੋਈ ਤਾਂ ਉਹਨਾਂ ਅੱਖਰਾਂ ਦੇ ਨਾਲ-ਨਾਲ ਏ ਦੀ ਆਵਾਜ਼ ਵੀ ਆਉਂਦੀ ਹੈ ਤਾਂ ਇਸ ਤਰ੍ਹਾਂ ਚੇ ਛੇ ਜੇ ਚੇ ਅੱਖਰ ਅੱਖਰਾਂ ਦੀ ਆਵਾਜ਼ ਆਉਂਦੀ ਹੈ ਤਾਂ ਇਸ ਤਰ੍ਹਾਂ ਬੱਚੇ ਉਹ ਜਿਹੜੇ ਅੱਖਰ ਹਨ ਇਸ ਤਰ੍ਹਾਂ ਦੀ ਆਵਾਜ਼ ਕਰਦੇ ਹਨ ਹੁਣ ਇਸ ਤੋਂ ਇਲਾਵਾ ਬੱਚੇ ਜਿਹੜੇ ਹਨ ਬਹੁਤ ਸਾਰੇ ਅੱਖਰਾਂ ਦੇ ਨਾਲ ਜਿਹੜੀ ਹੈ ਲਾਂ ਦੀ ਮਾਤਰਾ ਲੱਗਦੀ ਹੈ ਅਸੀਂ ਬਹੁਤ ਸਾਰੇ ਸ਼ਬਦ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਵੇਖਦੇ ਹਾਂ ਜਿਵੇਂ ਸ਼ੇਰ ਤਾਂ ਸ਼ੇਰ ਲਿਖਣ ਲਈ ਅਸੀਂ ਛਸ਼ੇ ਨੂੰ ਲਾ ਪਾਉਂਦੇ ਹਾਂ ਕਿਉਂਕਿ ਛਸ਼ੇ ਦੇ ਨਾਲ ਏ ਦੀ ਆਵਾਜ਼ ਆ ਰਹੀ ਹੈ ਜੀਵੇਂ ਅਗਲੀ ਅਸੀਂ ਤਸਵੀਰ ਦੇਖਦੇ ਹਾਂ ਉਸ ਤਸਵੀਰ ਵਿੱਚ ਹੈ ਇਹ ਕਿਸ ਦੀ ਤਸਵੀਰ ਹੈ ਇਹ ਤਸਵੀਰ ਹੈ ਕੇਲਾ ਇਹ ਕਿਸ ਦੀ ਤਸਵੀਰ ਹੈ ਇਹ ਤਸਵੀਰ ਹੈ ਵੇਲਣਾ ਤਾਂ ਇਸ ਤਰ੍ਹਾਂ ਵੇਲਣਾ ਪਾਣ ਦੇ ਲਈ ਅਸੀਂ ਵਾਵੇ ਨੂੰ ਲਾਂ ਲਗਾਵਾਂਗੇ ਲੱਲਾ ਨਾਣੇ ਨੂੰ ਕਰਨਾ ਵੇਲਣਾ ਤਾਂ ਇਹ ਬਣ ਜਾਂਦਾ ਹੈ ਵੇਲਣਾ ਇਸ ਤੋਂ ਇਲਾਵਾ ਬੱਚੋ ਜਦੋਂ ਅਸੀਂ ਸ਼ਬਦ ਜੋੜ ਕਰਨੇ ਹਾਂ ਤਾਂ ਅਸੀਂ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਜਿਸ ਅੱਖਰ ਦੇ ਪਿੱਛੇ ਜੜੀ ਹੈ ਲਾਂ ਦੀ ਮਾਤਰਾ ਆਉਂਦੀ ਹੈ ਉਸ ਅੱਖਰ ਦੇ ਉੱਪਰ ਪੈਂਦੀ ਹੈ ਤਾਂ ਜਿਸ ਅੱਖਰ ਦੇ ਬਾਅਦ ਵਿੱਚ ਲਾਂ ਦੀ ਆਵਾਜ਼ ਆਉਂਦੀ ਹੈ ਯਾਨੀ ਕਿ ਏ ਦੀ ਆਵਾਜ਼ ਆਉਂਦੀ ਹੈ ਤਾਂ ਅਸੀਂ ਉਸ ਅੱਖਰ ਦੇ ਉੱਪਰ ਜਿਹੜਾ ਹੈ ਜੋੜਦੇ ਹੋਏ ਜਿਹੜੀ ਲਾਂ ਦੀ ਮਾਤਰਾ ਪਾਣੀ ਹੈ ਜਿਵੇਂ ਰਾਰਾ ਲਾਂ ਲਲਾ ਰੇਲ ਸਸਾ ਲਾਂ ਬਬਾ ਸੇਬ ਹਾ ਹਾ ਨੰਨਾ ਲਾਂ ਰਾਰਾ ਕੰਨਾ ਹਨੇਰਾ ਸਸਾ ਲਲਾ ਲਾ ਟੈਂਕਾ ਸਲੇਟ ਤ ਤਾਂ ਲਾ ਕੰਨਾ ਨਾਣਾ ਲਾ ਦੱਦਾ ਕੰਨਾ ਰ ਰ ਥਾਨੇ ਦਾ ਇਸ ਤਰ੍ਹਾਂ ਜਿਸ ਤਰ੍ਹਾਂ ਅਸੀਂ ਆਵਾਜ਼ ਕਰਕੇ ਦੇਖ ਸਕਦੇ ਹਾਂ ਰ ਏ ਲ ਰੇਲ ਬਣ ਗਿਆ ਸ ਏ ਸੇ ਹ ਨ ਏ ਰ ਹਨੇਰਾ ਸ ਲ ਏ ਟ ਸਲੇਟ ਥ ਅ ਨ ਏ ਥਾਨੇਦਾਰ ਥਾਨੇਦਾਰ ਤਾਂ ਇਸ ਤਰ੍ਹਾਂ ਇਹ ਦੀ ਆਵਾਜ਼ ਜੁੜੀ ਹੈ ਲਾ ਦੀ ਮਾਤਰਾ ਕਰਦੀ ਹੈ ਹੁਣ ਬੱਚਿਓ ਤੁਸੀਂ ਰੇਲ ਸੇਬ ਹਰੇਰਾ ਸਲੇਟ ਥਾਣੇਦਾਰ ਜਿਵੇਂ ਸ਼ਬਦ ਦੀ ਤਰ੍ਹਾਂ ਕੁਝ ਹੋਰ ਸ਼ਬਦ ਦੇ ਵੀ ਸ਼ਬਦ ਜਿਹੜੇ ਹਨ ਸੋਚਨੇ ਹਨ ਜਿੰਨਾਂ ਵਿੱਚ ਲਾਂ ਦੀ ਮਾਤਰਾ ਲੱਗਦੀ ਹੈ ਤੇ ਉਹਨਾਂ ਦਾ ਸ਼ਬਦ ਜਿਹੜਾ ਹੈ ਜੋੜ ਵੀ ਸਿੱਖਣਾ ਹੈ ਇਸ ਤੋਂ ਇਲਾਵਾ ਬੱਚੋ ਤੁਸੀਂ ਹੁਣ ਲਾਂ ਵਾਲੇ ਕੋਈ ਪੰਜ ਸ਼ਬਦ ਆਪਣੀ ਉੱਤਰ ਪੁਸਤਿਕਾ ਤੇ ਕਰਨੇ ਹਨ ਧੰਨਵਾਦ